ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵਾਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਪੰਜਾਬ ਬੋਰਡ ਨੇ ਵਧਾਈ ਵਿਦਿਆਰਥੀਆਂ ਦੀ ਮੁਸੀਬਤ ਡੀਜੀ ਲੋਕਰ ਤੋਂ ਸਰਟੀਫਿਕੇਟ ਲੈਣ ਲਈ ਦੇਣੇ ਪੈਣਗੇ 300 ਰੁਪਏ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ ਵਿਦਿਆਰਥੀਆਂ ਤੋਂ ਪੈਸੇ ਇਕੱਠੇ ਕਰਨ ਦੇ ਨਵੇਂ-ਨਵੇਂ ਹੱਥ ਕੰਡੇ ਪਨਾਰੇ ਹਾਏ ਫਿਰ ਚਾਹੇ ਕਰੋਨਾ ਕਾਲ ਵਿੱਚ ਪ੍ਰੀਖਿਆ ਫੀਸ ਇਕੱਠਾ ਕਰਨਾ ਹੋਵੇ ਜਾਂ ਬਿਨਾਂ ਪ੍ਰੀਖਿਆ ਪਾਸ ਕੀਤੇ ਜਾਣ ਤੋਂ ਬਾਅਦ ਵਿਦਿਆਰਥੀਆਂ ਨੂੰ ਸਰਟੀਫਿਕੇਟ ਇਸ਼ੂ ਕਰਨਾ ਕਿਉਂ ਨਾ ਹੋਵੇ ਇਸ ਦਾ ਅਧਿਆਪਕਾਂ ਸਾਹਿਬ ਵਿਦਿਆਰਥੀਆਂ ਤੇ ਮਾਪਿਆਂ ਵਿੱਚ ਰੋਸਾ ਬੋਰਡ ਨੇ ਰਜਿਸਟ੍ਰੇਸ਼ਨ ਦੇ ਨਾਂ ਤੇ ਵਿਦਿਆਰਥੀਆਂ ਤੋਂ 1200 ਰੁਪਏ ਲੈ ਲਏ 2000 ਰੁਪਏ ਤੱਕ ਵਸੂਲ ਲਏ ਪਰ ਪ੍ਰੀਖਿਆ ਨਹੀਂ ਹੋਈਆਂ ਬੋਰਡ ਹੁਣ ਨਤੀਜੇ ਜਾਰੀ ਕਰਨ ਤੋਂ ਬਾਅਦ ਡਿਟੇਲ ਮਾਰਕ ਸ਼ੀਟ ਸਰਟੀਫਿਕੇਟ ਲਈ 300 ਰੁਪਏ ਵਸੂਲ ਰਿਹਾ ਚਾਹੇ ਵਿਦਿਆਰਥੀ ਡਿਜੀ ਲੋਗਰ ਤੋਂ ਹੀ ਕਿਉਂ ਨਾ ਸਰਟੀਫਿਕੇਟ ਕਰਨ ਜਾਂ ਫਿਰ ਹਾਰਡ ਕਾਪੀ ਉਹਨਾਂ ਨੂੰ ਸਰਟੀਫਿਕੇਟ ਲੈਣ ਲਈ ਪੈਸੇ ਜਮ੍ਹਾਂ ਕਰਵਾਉਣੇ ਹੀ ਪੈਣਗੇ ਕਾਂਗਰਸ ਹੀ ਆਗੂਆਂ ਨੂੰ ਸਤਾਉਣ ਲੱਗਾ ਸ਼ਹਿਰੀ ਹਿੰਦੂ ਵੋਟਾਂ ਦੇ ਕਿਸਕੰਦਰ ਡਰ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਤੋਂ ਸ਼ਹਿਰੀ ਹਿੰਦੂ ਵੋਟਾਂ ਦੇ ਦਮ ਤੇ ਸੱਤਾ ਵਿੱਚ ਆਈ ਕਾਂਗਰਸ ਆਗੂਆਂ ਨੂੰ ਹੁਣ ਆਉਣ ਵਾਲੀਆਂ ਚੋਣਾਂ ਦੇ ਵਿੱਚ ਸ਼ਹਿਰੀ ਵੋਟਾਂ ਖਿਸਕਣ ਦਾ ਖਤਰਾ ਸਤਾਉਣ ਲੱਗਾ ਹੈ ਕਾਂਗਰਸ ਦੇ ਸੀਨੀਅਰ ਆਗੂਆਂ ਨੂੰ ਲੱਗ ਰਿਹਾ ਹੈ ਕਿ ਪਿਛਲੇ ਕਰੀਬ 4.5 ਸਾਲ ਦੇ ਕਾਰਜਕਾਲ ਦੇ ਦੌਰਾਨ ਪੰਜਾਬ ਸਰਕਾਰ ਨੇ ਸ਼ਹਿਰੂ ਹਿੰਦੂਆਂ ਦੇ ਲਈ ਕੁਝ ਨਹੀਂ ਕੀਤਾ ਚੋਣਾਂ ਜੇਕਰ Hindu ਵੋਟ ਬੈਂਕ ਖਿਸਕਿਆ ਤਾਂ ਕਾਂਗਰਸ ਲਈ ਸੱਤਾ ਵਾਪਸੀ ਆਸਾਨੀ ਨਹੀਂ ਹੋਵੇਗੀ ਲੁਧਿਆਣਾ ਵਿੱਚ ਪਿਸਤੌਲ ਦੀ ਨੋਕ ਤੇ ਜੋੜੇ ਕੋਲੋਂ ਖੋਹੀ ਕਾਰ ਸੀਸੀਟੀਵੀ ਫੁਟੇਜ ਆਈ ਸਾਹਮਣੇ ਲੁਧਿਆਣਾ ਦੇ ਬੀਆਰਐਸ ਨਗਰ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਦੁਕਾਨ ਤੋਂ ਦੁੱਧ ਲੈਣ ਗਏ ਜੋੜੇ ਕੋਲੋਂ ਪਿਸਤੌਲ ਦੀ ਨੋਕ ਤੇ ਲੁਟੇਰਿਆਂ ਨੇ ਕਾਰ ਖੋਲੀ ਤੇ ਫਰਾਰ ਹੋ ਗਏ ਜਾਣਕਾਰੀ ਦੇ ਮੁਤਾਬਕ ਘਟਨਾ ਬੁੱਧਵਾਰ ਦੇਰ ਰਾਤ ਦੀ ਹੈ ਫਿਲਹਾਲ ਸਰਾਂਭਾ ਨਗਰ ਦੀ ਪੁਲਿਸ ਇਸ ਮਾਮਲੇ ਸੰਬੰਧੀ ਦੋ ਚੀਆਂ ਦੀ ਸੀਸੀਟੀਵੀ ਫੁਟੇਜ ਮਿਲੀ ਹੈ ਇਸ ਮਾਮਲੇ 'ਚ ਪੁਲਿਸ ਨੇ ਆਨਪਛਾਤੇ ਨੌਜਵਾਨਾਂ ਦੇ ਖਿਲਾਫ ਕੇਸ ਦਰਜ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਫੋਟੋਜ਼ ਤੋਂ ਪਤਾ ਲੱਗਾ ਕਿ ਦੋਚੀ ਜੂੜੇ ਤੋਂ ਕੋਹੀਕਾਰ ਨੂੰ ਫਿਰੋਜ਼ਪੁਰ ਰੋਡ ਤੋਂ ਮੁੱਲਾਂਪੁਰ ਵਾਲੇ ਪਾਸੇ ਲੈ ਕੇ ਗਏ ਹਨ ਪੰਜਾਬ ਕੈਬਨਿਟ ਦਾ ਵੱਡਾ ਫੈਸਲਾ ಗ್ರಾಮ ਸੇਵਕਾਂ ਲਈ ਹੁਣ ਗ੍ਰੈਜੂਏਸ਼ਨ ਲਾਜ਼ਮੀ ਪਿੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੀ ਕੁਸ਼ਲਤਾ ਵਧਾਉਣ ਲਈ ਪੰਜਾਬ ਕੈਬਨਿਟ ਨੇ ਵੀਰਵਾਰ ਨੂੰ ਪਿੰਡੂ ਸੇਵਕਾਂ ਲਈ ਘੱਟੋ ਘੱਟ ਯੋਗਤਾ ਮੈਟ੍ਰਿਕ ਤੋਂ ਗ੍ਰੈਜੂਏਸ਼ਨ ਵਧਾਉਣ ਦਾ ਫੈਸਲਾ ਕੀਤਾ ਇੱਕ ਅਧਿਕਾਰਤ ਬੁਲਾਰੇ ਮੁਤਾਬਕ ਇਸ ਨੂੰ ਪਿੰਡੂ ਵਿਕਾਸ ਤੱਕ ਅਤੇ ਪੰਚਾਇਤ ਵਿਭਾਗ ਸੇਵਾ ਨਿਯਮ 1988 ਨੂੰ ਸੋਧ ਦੀ ਮਨਜ਼ੂਰੀ ਦਿੱਤੀ ਗਈ ਹੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਪ੍ਰਧਾਨਗੀ ਚ ਅੱਜ ਦੁਪਹਿਰੇ ਵੀਡੀਓ ਕਾਨਫਰੈਂਸਿੰਗ ਰਾਹੀਂ ਕੈਬਨਟ ਦੀ ਬੈਠਕ ਹੋਈ ਤੇ ਇਸ ਕੀਮਤ ਦਾ ਫੈਸਲਾ ਲਿਆ ਗਿਆ ਕੈਬਨਟ ਦੀ ਮਨਜ਼ੂਰੀ ਤੋਂ ਬਾਅਦ ਪੰਜਾਬ ಗ್ರಾਮੀਨ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਨਿਯਮ ਚ ਸੋਧ ਨੂੰ ਸੂਚਿਤ ਕੀਤਾ ਜਾਵੇਗਾ ਇਸ ਤਰ੍ਹਾਂ 792 ਗ੍ਰਾਮ ਸੇਵਕਾਂ ਦੀ ਨਵੀਂ ਪਰਤੀ ਹੋਵੇਗੀ ਡਿਊਟੀ ਲੱਗਣ ਦੇ ਬਾਵਜੂਦ ਪੰਜਾਬ ਕਾਂਗਰਸ ਪਵਨ ਨਹੀਂ ਪਹੁੰਚੇ ਮੰਤਰੀ ਤ੍ਰਿਪੱਤਰ ਰਜਿੰਦਰ ਸਿੰਘ ਬਾਜਵਾ ਵੱਡੀ ਖਬਰ ਹੈ ਖਬਰ ਦੇ ਵੱਲ ਰੋਕ ਕਰਨ ਤੋਂ ਪਹਿਲਾਂ ਨਿੱਕੀ ਜੀ ਬੇਨਤੀ ਹੈ ਜੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬਰ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਦੋਸਤੋ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੀ ਮੰਗ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਵੱਲੋਂ ਬੀਤੇ ਦਿਨੀਂ ਪੰਜਾਬ ਕਾਂਗਰਸ ਭਵਨ ਵਿੱਚ ਮੰਤਰੀਆਂ ਦੀਆਂ ਡਿਊਟੀਆਂ ਲਾਈਆਂ ਗਈਆਂ ਸਨ ਜਿਸទੂ ਤ੍ਰਿਪਤਕਰ ਰਜਿੰਦਰ ਸਿੰਘ ਬਾਜਵਾ ਵੀ ਸ਼ਾਮਲ ਅੱਜ ਉਹਨਾਂ ਦੀ ਡਿਊਟੀ ਹੋਣ ਦੇ ਬਾਵਜੂਦ ਮੰਤਰੀ ਤ੍ਰਿਪਤਕਰ ਰਜਿੰਦਰ ਸਿੰਘ ਬਾਜਵਾ ਪੰਜਾਬ ਭਵਨ ਨਹੀਂ ਪਹੁੰਚੇ ਦੱਸਦੀ ਹੈ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਮੰਤਰੀਆਂ ਨੂੰ ਰੋਜ਼ਾਨਾ ਪੰਜਾਬ ਕਾਂਗਰਸ ਭਵਨ ਵਿੱਚ ਬੈਠਕ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਮੰਤਰੀ ਅਤੇ ਪਾਰਟੀ ਵਰਕਰਾਂ ਦੀਆਂ ਮੁਸ਼ਕਲਾਂ ਨੂੰ ਸੁਣਨ ਅਤੇ ਉਹਨਾਂ ਦਾ ਜਲਦ ਤੋਂ ਜਲਦ ਹੱਲ ਕੀਤਾ ਜਾ ਸਕੇ ਕੈਪਟਨ ਦੇ ਆਦੇਸ਼ਾਂ ਮੁਤਾਬਕ ਰੋਜ਼ਾਨਾ ਸਵੇਰੇ 11 ਤੋਂ 2 ਵਜੇ ਤੱਕ ਮੰਤਰੀ ਕਾਂਗਰਸ ਭਵਨ ਵਿਖੇ ਮੌਜੂਦ ਰਹਿਣਗੇ ਤੇ ਵਰਕਰਾਂ ਦੀਆਂ ਸਮੱਸਿਆਵਾਂ ਸੁਣ ਕੇ ਉਹਨਾਂ ਦਾ ਹੱਲ ਕਰਨਗੇ ਸ਼ਾਨਦਾਰ ਪ੍ਰਾਪਤੀਆਂ ਵਾਲੇ ਸੂਬੇ ਦੇ ਖਿਡਾਰੀਆਂ ਨੂੰ ਮਿਲਣਗੀਆਂ ਸਰਕਾਰੀ ਨੌਕਰੀਆਂ ਪੰਜਾਬ ਦੇ ਮੁੱਖ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟੋਕੀਓ 올림픽ਸ ਦੇ ਵਿੱਚ ਸੂਬੇ ਦਾ ਨਾਂ ਚਮਕਾਉਣ ਵਾਲੇ ਖਿਡਾਰੀਆਂ ਨੂੰ ਸਰਕਾਰੀ ਨੌਕਰੀ ਦੇਣ ਦੀ ਪ੍ਰਵਾਨਗੀ ਦਿੱਤੀ ਆ ਖਿਡਾਰੀਆਂ ਦੀਆਂ ਉਪਲਬਧੀਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਮੰਤਰੀ ਮੰਡਲ ਨੇ ਨਿਜਮਾ ਦੇ ਵਿੱਚ ਸੋਧ ਦਾ ਫੈਸਲਾ ਲਿਆ ਹਰੀਸ਼ रावत ਨੇ ਕਿਹਾ ਹਾਈ ਕਮਾਂਡ ਨੂੰ ਕਹਾਂਗਾ ਪੰਜਾਬ ਦੀ ਜ਼ਿੰਮੇਵਾਰੀ ਤੋਂ ਮੁਕਤ ਕਰ ਦਿਓ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਅਤੇ ਪੰਜਾਬ ਇਨਚਾਰਜ ਹਰੀਸ਼ रावत ਨੇ ਕਿਹਾ ਕਿ ਉਹ ਪਾਰਟੀ ਵੱਲੋਂ ਉਹਨਾਂ ਨੂੰ ਦਿੱਤੀਆਂ ਗਈਆਂ ਦੋ ਜ਼ਿੰਮੇਵਾਰੀਆਂ 'ਚੋਂ ਇੱਕ ਤੋਂ ਮੁਕਤ ਕਰ ਦੇਣਾ ਚਾਹੁੰਦੇ ਹਨ ਜੇ ਪੰਜਾਬ 'ਚ ਕੇਸ ਨਾ ਆਇਆ ਤਾਂ ਉਹ ਅਗਲੇ ਕੁਝ ਦਿਨਾਂ 'ਚ ਹਾਈ ਕਮਾਂਡ ਨੂੰ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਕਰਨ ਦੀ ਅਪੀਲ ਕਰਨਗੇ ਪੰਜਾਬ ਦੇ ਸਮਾਗਮਾਂ ਕਾਰਨ ਕੁਝ ਸਮੇਂ ਸਮੇਂ ਦੀ ਸੇਵਾ ਐਕਸਟੈਂਸ਼ਨ ਮਿਲ ਗਿਆ ਹੈ ਉਤਰਾਖੰਡ ਤੇ ਪੰਜਾਬ ਦੋਵਾਂ ਸੂਬਿਆਂ ਚੋਂ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣਗੀਆਂ ਤੇ ਪੰਜਾਬ ਦੇ ਇੰਚਾਰਜ ਨਾਲ ਹੀ ਉਤਰਾਖੰਡ ਚੋਂ ਪਾਰਟੀ ਦੀ ਚੋਣ ਮਹਿੰਮ ਕਮੇਟੀ ਦੇ ਪ੍ਰਧਾਨ ਦੀ ਦੂਰੀ ਜ਼ਿੰਮੇਵਾਰੀ ਉਹਨਾਂ ਕੋਲ ਇਸ ਦੇ ਸਬੰਧਤ ਸਵਾਲ ਤੇ ਰਾਵਤ ਨੇ ਇਹ ਗੱਲ ਕਹੀ ਆ ਰਾਵਤ ਨੇ ਕਿ ਉਹਨਾਂ ਨੂੰ ਕੁਝ ਕੇਂਦਰੀ ਆਗੂਆਂ ਨੂੰ ਜ਼ਰੂਰੀ ਆਪਣੀ ਇੱਛਾ ਤੋਂ ਜਾਣੂ ਕਰਵਾ ਦਿੱਤਾ ਹੈ ਜਲਦੀ ਆਪਣੀ ਗੱਲ ਹਾਈ ਕਮਾਂਡ ਦੇ ਸਾਹਮਣੇ ਰੱਖਣਗੇ ਘਰ ਦੀਆਂ ਜੜਾ ਹੁੰਦੇ ਨੇ ਬਜ਼ੁਰਗ ਇਹਨਾਂ ਨੂੰ ਪਾਣੀ ਦੇਣਾ ਜ਼ਰੂਰੀ ਸਮਾਂ ਤੇਜ਼ੀ ਦੇ ਨਾਲ ਬਦਲ ਰਿਹਾ ਕੋਈ ਸਮਾਂ ਸੀ ਜਦੋਂ ਬਜ਼ੁਰਗਾ ਨੂੰ ਘਰ ਦੀ ਮਨਿਆਦੀ ਸਮਝਿਆ ਜਾਂਦਾ ਸੀ ਉਹਨਾਂ ਨੂੰ ਪੁੱਛ ਕੇ ਕੋਈ ਵੀ ਘਰ ਦੀ ਕਬੀਲਦਾਰੀ ਜਾਂ ਵਿਆਹ ਸ਼ਾਦੀ ਦੀ ਜਾਇਦਾਦ ਖਰੀਦਣ ਵੇਚਣ ਮਤਲਬ ਕਿ ਹਰ ਕੰਮ ਕਰਨ ਲੱਗਿਆਂ ਪੁੱਛਿਆ ਜਾਂਦਾ ਸੀ ਤੇ ਘਰ ਕਿਸੇ ਤੋਂ ਕੰਮ ਕਰਨ ਲਈ ਤੁਰਨਾ ਬਜ਼ੁਰਗਾਂ ਦੀ ਸਚਾਰਨ ਸਪਰਸ਼ ਕਰਨਾ ਉਹਨਾਂ ਦਾ ਆਸ਼ੀਰਵਾਦ ਲੈਣ ਦਾ ਸਮਾਂ ਅਸੀਂ ਹੌਲੀ-ਹੌਲੀ ਇੱਕਵੀਂ ਸਦੀ ਚੋਂ ਦਾਖਲ ਹੁੰਦਿਆਂ ਆਪਾਂ ਪੈਸੇ ਦੀ ਚੱਕਾ ਚੌਂਦ ਦੇ ਵਿੱਚ ਗਵਾਚ ਗਏ ਤੇ ਆਮ ਰਸਮਾਂ ਰਿਵਾਜਾਂ ਨੂੰ ਬਜ਼ੁਰਗਾਂ ਦੇ ਮਾਣ ਸਨਨ ਨੂੰ ਵੀ ਛਿੱਕੇ ਤੇ ਟੰਗ ਦਿੱਤਾ ਹੈ ਅੰਦੋਲਨਕਾਰੀ ਮਰਿਤਕ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ 104 ਵਾਰਸਾਂ ਨੂੰ ਨੌਕਰੀ ਦੇਣ ਦਾ ਫੈਸਲਾ ਪੰਜਾਬ ਦੇ ਮੰਤਰੀ ਮੰਡਲ ਦੀ ਮੀਟਿੰਗ ਦੇ ਦੌਰਾਨ ਫੈਸਲਾ ਲਿਆ ਗਿਆ ਕਿ ਐਕਸ ਪੋਸਟ ਫੈ ਕੋਟ ਪ੍ਰਵਾਨਗੀ ਦੇ ਤਹਿਤ ਅੰਦੋਲਨਕਾਰੀ ਮ੍ਰਿਤਕ ਕਿਸਾਨਾਂ ਦੇ ਖੇਤ ਮਜ਼ਦੂਰਾਂ ਦੇ 104 ਕਾਨੂੰਨੀ ਵਾਰਸਾਂ ਨੂੰ ਨੌਕਰੀ ਦੇਣ ਦਾ ਫੈਸਲਾ ਕੀਤਾ ਗਿਆ ਮੁੱਖ ਮੰਤਰੀ ਵੱਲੋਂ ਨਿਰਦੇਸ਼ ਦਿੱਤਾ ਗਿਆ ਹੈ ਕਿ ਲੋੜ ਪੈਣ ਤੇ ਭਵਿੱਖ 'ਚ ਅਜਿਹੀ ਰਾਹਤ ਦੇਣ ਨੂੰ ਯਕੀਨ ਬਣਾਇਆ ਜਾਵੇਗਾ ਸਿੱਖਿਆ ਵਿਭਾਗ ਵੱਲੋਂ ਸੂਬੇ ਦੇ 1400 ਸਕੂਲ ਲੈਬਜ਼ ਲਈ 4.21 ਕਰੋੜ ਰੁਪਏ ਦੀ ਰਾਸ਼ੀ ਜ਼ਿਲ੍ਹਾ ਸਿੱਖਿਆ ਅਫਸਰ ਸਿੱਖਿਆ ਵਿਭਾਗ ਪੰਜਾਬ ਦੇ ਵੱਲੋਂ ਵੱਖ-ਵੱਖ ਸਰਕਾਰੀ ਸਕੂਲਾਂ ਦੀਆਂ ਸਾਇੰਸ ਅਤੇ ਕੰਪਿਊਟਰ ਲੈਬਸ ਦੇ ਲਈ ਪੱਧਰ ਉੱਚਾ ਚੁੱਕਣ ਦੇ ਲਈ ਸੂਬੇ ਦੇ 1400 ਦੇ ਕਰੀਬ ਸਰਕਾਰੀ ਸਕੂਲਾਂ ਲਈ 4 ਕਰੋੜ 21 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਇਸ ਦੇ ਤਹਿਤ ਜ਼ਿਲ੍ਹਾ ਅੰਮ੍ਰਿਤਸਰ ਦੇ 113 ਸਕੂਲਾਂ ਦੀਆਂ ਕੰਪਿਊਟਰ ਲੈਬਸ 33.90 ਲੱਖ ਰੁਪਏ ਤੇ ਜ਼ਿਲ੍ਹੇ ਦੇ 54 ਸਰਕਾਰੀ ਸਕੂਲਾਂ ਦੀਆਂ ਸਾਇੰਸ ਲੈਬਸ ਦੀ 16.20 ਲੱਖ ਰੁਪਏ ਦੀ ਰਾਸ਼ੀ ਦੇ ਨਾਲ ਕਾਇਆਕਲਪ ਕੀਤੀ ਜਾਵੇਗੀ ਪੰਜਾਬ ਸਰਕਾਰ ਨੇ ਸਰਕਾਰੀ ਮੁਲਾਜ਼ਮਾਂ ਲਈ ਐਲਾਨੀਆਂ ਇੱਕ ਹੋਰ ਤੋਹਫ਼ਾ ਬੇਸਿਕ ਪੇਚੂ ਕੀਤਾ 15% ਦਾ ਵਾਧਾ ਪੰਜਾਬ ਸਰਕਾਰ ਨੇ ਕਰਮਚਾਰੀਆਂ ਤੇ ਪੈਨਸ਼ਨਰਾਂ ਨੂੰ 1500 ਕਰੋੜ ਰੁਪਏ ਦਾ ਇੱਕ ਹੋਰ ਵੱਧੂ ਤੋਹਫ਼ਾ ਦਿੱਤਾ ਪੰਜਾਬ ਸਰਕਾਰ ਨੇ ਪੇ ਅਤੇ ਹੋਰ ਵਾਅਦਾ ਕਰਦਾ 31 ਦਸੰਬਰ 2015 ਦੀ ਬੇਸਿਕ ਪੇ ਵਿੱਚ ਘੱਟੋ-ਘੱਟ 15% ਦੀ ਵਾਧਾ ਕਰਨ ਦਾ ਫੈਸਲਾ ਕੀਤਾ ਇਸ ਤੋਂ ਇਲਾਵਾ ਕੁਝ ਭੱਤਿਆਂ ਨੂੰ ਬਹਾਲ ਕਰਨ ਦਾ ਫੈਸਲਾ ਕੀਤਾ ਇਸ ਫੈਸਲੇ ਨਾਲ ਕਰਮਚਾਰੀਆਂ ਦੀ ਤਨਖਾਹ ਪੈਨਸ਼ਨ ਵਿੱਚ ਸਾਲਾਨਾ ਕੁੱਲ ਔਸਤਨ ਵਾਧਾ 1.5 ਲੱਖ ਰੁਪਏ ਤੱਕ ਹੋ ਜਾਵੇਗਾ ਜੋ ਪਹਿਲਾਂ 6ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਮੰਨਣ ਤੋਂ ਬਾਅਦ 80 ਲੱਖ ਹਜ਼ਾਰ ਦੇ ਕਰੀਬ ਸੀ ਇਹ ਜੋ ਪਹਿਲੀ ਜੁਲਾਈ 2021 ਤੋਂ ਲਾਗੂ ਸੀ ਮੁਲਾਜ਼ਮਾਂ ਨੂੰ ਪਹਿਲਾਂ ਇੱਕ ਥੋਪਾ ਕੋਲੋਂ 4700 ਕਰੋੜ ਰੁਪਏ ਦਾ ਸੀ ਜ਼ਿਆਦਾ ਜਾਣਕਾਰੀ ਲਈ ਚੈਨਲ ਤੇ ਪਾਈ ਹੋਈ ਸ਼ਾਰਟ ਵੀਡੀਓ ਦੇਖ ਸਕਦੇ ਹੋ ਕੈਬਨਿਟ ਨੇ ਇੱਕ ਹੋਰ ਫੈਸਲੇ ਰਾਹੀਂ ਕਰਮਚਾਰੀਆਂ ਦੀ ਪਰਕ ਕਾਲ ਸਮੇਂ ਦੀ ਸੇਵਾ ਨੂੰ ACP ਦੇ ਮੰਤਵ ਨਾਲ ਹੀ ਗਿਣਿਆ ਜਾਵੇ ਅੱਠਵਿਆਂ ਕਰਨ ਵਾਲੀ ਲੁਟੇਰੀ ਲਾੜੀ ਚੜੀ ਪੁਲਿਸ ਹੱਤੀ ਹਰਿਆਣਾ ਦੇ ਪੰਜਾਬ ਦੇ ਮੁੰਡਿਆਂ ਨੂੰ ਬਣਾਉਂਦੀ ਸੀ ਨਿਸ਼ਾਨਾ ਵਕ ਵਕ ਥਾਵਾਂ ਤੇ ਅੱਠ ਵਿਆਹ ਕਰਵਾ ਕੇ ਲੁੱਟਾਂ ਕਰਨ ਵਾਲੀ ਲਾੜੀ ਨੂੰ ਪੁਲਿਸ ਨੇ ਤਿੰਨ ਗਰੁੱਪ ਮੈਂਬਰਾਂ ਸਮੇਤ ਗ੍ਰਿਫਤਾਰ ਕਰ ਲਿਆ ਹੀ ਲਾੜੀ ਪਟਿਆਲਾ ਦੇ ਨੇੜਲੇ ਪਿੰਡ ਵਿੱਚ ਨੌਵਾਂ ਵਿਆਹ ਕਰਵਾਉਣ ਦੀ ਤਿਆਰੀ ਵਿੱਚ ਸੀ ਪਰ ਪੁਲਿਸ ਨੂੰ ਪਿੰਕ ਲੱਗਦਾ ਹੈ ਇਹਨਾਂ ਨੂੰ ਕਾਬੂ ਕਰ ਲਿਆ ਗਿਆ ਇਹੇ ਲੜਕੀ ਹਰਿਆਣਾ ਤੇ ਪੰਜਾਬ ਦੇ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਂਦੀ ਸੀ ਐਸਪੀ ਸਿਟੀ ਵਰਨ ਸ਼ਰਮਾ ਨੇ ਦੱਸਿਆ ਕਿ ਥਾਣਾ ਜੁਲਕ ਐਸਐਚਓ ਜੁਲਕਾ ਪ੍ਰਦੀਪ ਬਾਜਵਾ ਵੱਲੋਂ ਲਾੜੀ ਬਨਣ ਵਾਲੀ ਵੀਰਪਾਰ ਕੌਰ ਤੇ ਉਸਦੇ ਰਿਸ਼ਤੇਦਾਰ ਉਸਦੀ ਬਨਣ ਵਾਲੀ ਊਮਾ ਤੇ ਪਰਮਜੀਤ ਕੌਰ ਤੇ ਰਾਣਾ ਸਿੰਘ ਨੂੰ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਆ ਤਖਤਸ਼ਰੀ ਪਟਨਾ ਸਾਹਿਬ ਤੋਂ 15 ਕਿਲੋ ਸੋਨੇ ਤੇ 32 ਕਰੋੜ ਦੀ ਐਫਡੀ ਗਾਇਬ ਪੜਤਾਲੀਆ ਕਮੇਟੀ ਕਰੇਗੀ ਜਾਂਚ ਤਖਤਸ਼ਰੀ ਹਰਮੰਦਰ ਦੀ ਪੜਨਾ ਸਾਹਿਬ ਬੋਰਡ ਦੀ ਚੁਣੀ ਗਈ ਨਵੀਂ ਕਮੇਟੀ ਨੂੰ ਤਖਤ ਸਾਹਿਬ ਦੇ 15 ਕਿਲੋ ਸੋਨਾ ਤੇ 32 ਕਰੋੜ ਦੇ ਕਰੀਬ ਐਫ ਡੀ ਨਾ ਸੌਂਪਨ ਤੇ ਗਾਇਬ ਕਰਨ ਦੀ ਸ਼ਿਕਾਇਤ ਸਾਬਕਾ ਜਨਰਲ ਸਕੱਤਰ ਮਹਿੰਦਰਪਾਲ ਸਿੰਘ ਤੇ ਸਕੱਤਰ ਮਹਿੰਦਰ ਸਿੰਘ ਸ਼ਾਫੜਾ ਖਿਲਾਫ ਪੁੱਜੀ ਹੈ ਇਹ ਸ਼ਿਕਾਇਤ ਪੜਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੋਹਰ ਨੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਕਾਰਵਾਈ ਲਈ ਭੇਜ ਦਿੱਤੀ ਹੈ ਜਿਸ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੜਤਾਲ ਕਰਨ ਲਈ ਕਮੇਟੀ ਦਾ ਗਠਨ ਵੀ ਕਰ ਦਿੱਤਾ ਹੈ ਗਿਆਨੀ ਰਣਜੀਤ ਸਿੰਘ ਗੋਹਰ ਨੇ ਕਿਹਾ ਕਿ ਉਪਰੋਕਤ ਮਾਮਲੇ ਨਾਲ ਸਥਾਨਿਕ ਸੰਗਤ ਵਿੱਚ ਭਾਰੀ ਰੋਸ ਉਹਨਾਂ ਨੇ ਕਿਹਾ ਜੇਕਰ ਕੋਈ ਚੋਣ ਵਿੱਚ ਹਾਰ ਗਿਆ ਤਾਂ ਨਵੀਂ ਹੋਈ ਚੋਣ ਤਾਂ ਚੁਣੇ ਹੋਏ ਅਹੁਦੇਦਾਰਾਂ ਨੂੰ ਕਾਰਜਪਾਲ ਸੌਂਪਨ ਦੀ ਵਿਧਾਇ ਸਾਬਕਾ ਜਨਰਲ ਸਕੱਤਰ ਅਤੇ ਸਕੱਤਰ ਦਫ਼ਤਰਾਂ ਨੂੰ ਤਾਲੇ ਮਾਰ ਕੇ ਚਾਬੀਆਂ ਘਰ ਲੈ ਗਏ ਨੇ ਕੇਜਰੀਵਾਲ ਨੇ ਪੰਜਾਬ ਦੇ ਆਗੂਆਂ ਨਾਲ ਕੀਤੀ ਇੱਕ ਵਿਸ਼ੇਸ਼ ਬੈਠਕ ਪਿੰਡ ਵਿਸ਼ੇਖਵਾ ਦੇ ਦੌਰੇ ਉਪਰੰਤ ਵਾਪਸੀ ਦਿੱਲੀ ਦੇ ਅਰਵਿੰਦ ਕੇਜਰੀਵਾਲ ਨੇ ਅੰਮ੍ਰਿਤਸਰ ਦੇ ਗੈਸਟ ਹਾਊਸ ਤੋਂ ਪੰਜਾਬ ਦੇ ਆਗੂਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਜਿਸ ਵਿੱਚ ਪੰਜਾਬ ਪ੍ਰਧਾਨ ਭਗਵੰਤ ਮਾਨ ਸਮੇਤ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਪੰਜਾਬ ਮਾਮਲੇ ਨੇ ਇੰਚਾਰਜ ਜਰਨੈਲ ਸਿੰਘ ਸੈ ਇੰਚਾਰਜ ਰਾਗਵ ਚੱਡਾ ਕਮਰ ਵਿਜੇ ਪ੍ਰਤਾਪ ਸਿੰਘ ਵਿਧਾਇਕ ਗੁਲਤਾਰ ਸੰਧਵਾ ਹੋਰ ਵੀ ਬਹੁਤ ਸਾਰੇ ਆਗੂ ਹਾਜ਼ਰ ਸਨ ਪਰਮਜੀਤ ਸਰਨਾ ਨੇ ਸੰਜੋਗੀਆਂ ਨਾਲ ਮਿਲ ਕੇ ਕੀਤਾ 20 ਸੀਟਾਂ ਦਾ ਦਾਵਾ ਪੇਸ਼ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਖਤਮ ਹੋਣ ਤੋਂ ਬਾਅਦ ਰਾਜਨੀਤਿਕ ਸਮੇਕਰਨ ਬੰਦ ਦੀ ਤਿਆਰੀ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਸੀ ਨੂੰ 27 ਸੀਟਾਂ ਮਿਲੀਆਂ ਨੇ ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਰਨਾ ਨੇ ਆਪਣੇ ਨਿਰਦਲੀਆਂ ਤੇ ਸੰਜੋਗੀ ਪੰਥਕ ਦਲ ਪੰਥਕ ਅਕਾਲੀ ਲਹਿਰ ਦੇ ਨਾਲ 16 ਸੀਟਾਂ ਹਾਸਲ ਕੀਤੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਰਨਾ ਵੱਲੋਂ ਦੂਜੀ ਧਿਰ ਦੇ ਰੂਪ ਵਿੱਚ ਉਭਰੇ ਹਨ ਜੋ ਕਿ ਵਿਰੋਧੀਆਂ ਨੂੰ ਨਾਲ ਲਿਆਉਂਦੀ ਪ੍ਰਕਿਰਿਆ ਵਿੱਚ ਲੱਗੇ ਨੇ ਸਰਨਾ ਨੇ ਦਾਵਾ ਕੀਤਾ ਕਿ ਉਹਨਾਂ ਕੋਲ ਜਾਗੋ ਦਾ ਵੀ ਸਮਰਥਨ ਹੈ ਇਸ ਦੇ ਗਿਣਤੀ ਦੇ ਅਨੁਸਾਰ ਅੰਕੜਾ 20 ਤੱਕ ਪਹੁੰਚਦਾ ਹੈ ਕੁਝ ਮੈਂਬਰਾਂ ਨੂੰ ਆਪਸ਼ਨ ਜਰੀਏ ਚੁਣਿਆ ਜਾਂਦਾ ਹੈ ਤੇ ਸਰਨਾ ਦੋ ਤਿੰਨ ਸੀਟਾ ਲੈਣ ਦਾ ਉਹਨਾਂ ਦੇ ਵਿੱਚ ਵੀ ਦਾਵਾ ਕਰਦੇ ਹਨ ਜਿਸ ਤੋਂ ਬਾਅਦ ਉਹਨਾਂ ਦੀ ਗਿਣਤੀ 23 ਤੱਕ ਪਹੁੰਚ ਜਾਵੇਗੀ ਕਿਉਂਕਿ ਡੀਐਸ ਜੀਐਮਸੀ ਪ੍ਰਮੁੱਖ ਮਨਜਿੰਦਰ ਸਿੰਘ ਸਨਸਾ ਨੂੰ ਸ਼੍ਰੋਮਣੀ ਕਾਲੀ ਦਲ ਦਿੱਲੀ ਦੇ ਹਰਵਿੰਦਰ ਸਿੰਘ ਸਰਨਾ ਤੋਂ ਵੱਡੀ ਹਾਰ ਮਿਲੀ ਹੈ ਤੇ ਉਹਨਾਂ ਨੂੰ ਦੁਬਾਰਾ ਪ੍ਰਧਾਨ ਬਣਾਉਣ ਦੀਆਂ ਅਟਕਲਾਂ ਵੀ ਲਾਈਆਂ ਗਈਆਂ ਨੇ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੀਆਂ ਜੀ ਪੰਜਾਬ ਡੀਅਰ ਰਖੜੀ ਬੰਪਰ 212 2 ਕਰੋੜ ਰੁਪਏ ਦਾ ਪਹਿਲਾ ਇਨਾਮ ਟਿਕਟ ਨੰਬਰ B 946267 ਤੇ ਨਿਕਲਿਆ ਸੋ ਵੱਡੀ ਖਬਰ ਆ ਦੋਸਤੋ ਮੌਜਾਂ ਲੱਗੀਆਂ ਨੇ ਦੂਜਾ ਇਨਾਮ A 648398 ਨੂੰ ਮਿਲਿਆ ਹੈ ਪਿਓ ਨੇ ਬੇਰਹਿਮੀ ਨਾਲ ਕੀਤਾ 10 ਸਾਲਾਂ ਦੀ ਧੀ ਦੀ ਕੁੱਟਮਾਰ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਪਰਚਾ ਦਰਜ ਜ਼ਿਲ੍ਹਾ ਬਰਨਾਲਾ ਦੇ ਪਿੰਡ ਮਹਿਤਾ ਵਿੱਚ ਇੱਕ ਪਿਤਾ ਵੱਲੋਂ ਆਪਣੀ 10 ਸਾਲ ਦੀ ਬੱਚੀ ਦੀ ਬੜੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਵਾਇਰਲ ਤੋਂ ਬਾਅਦ ਪੁਲਿਸ ਨੇ ਸਖਤ ਐਕਸ਼ਨ ਲੈਂਦੇ ਉਸ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਜਦੋਂ ਇਹ ਵਿਅਕਤੀ ਆਪਣੀ ਲੜਕੀ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਰਿਹਾ ਸੀ ਤੇ ਇੱਕ ਗਵਾਂਡੀ ਨੇ ਕੋਠੇ ਤੇ ਚੜ ਕੇ ਵੀਡੀਓ ਬਣਾ ਲਈ ਤੇ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਵਾਇਰਲ ਕਰਤੀ ਜਿਸ ਤੋਂ ਬਾਅਦ ਪ੍ਰਸ਼ਾਸਨ ਸਮਾਜ ਸੇਵੀ ਸੰਸਥਾਵਾਂ ਰਾਜਨੀਤਿਕ ਲੋਕ ਇਹ ਸ਼ਖਸ ਤੇ ਕਾਰਵਾਈ ਕਰਵਾਉਣ ਲਈ ਅੱਗੇ ਆਇਆ ਤੇ ਲੜਕੀ ਨੂੰ ਸਿਵਲ ਹਸਪਤਾਲ ਤਪਾ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਲੜਕੀ ਜ਼ੇਰੇ ਇਲਾਜ ਹੈ ਤੇ ਉਸਦੇ ਪਿਓ ਦੇ ਖਿਲਾਫ ਵਕ ਵਕਤਾਰਾਂਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਕਾਬੁਲ ਹਵਾਈ ਅੱਡੇ ਦੇ ਬਾਹਰ ਬੰਬ ਧਮਾਕਾ ਅਮਰੀਕਾ ਅਮਰੀਕਾ ਤਸਦੀਕ ਕਰਦਾ ਹੈ ਕਿ ਅਫਗਾਨਿਸਤਾਨ ਦੇ ਕਾਬੁਲ ਹਵਾਈ ਅੱਡੇ ਕੋਲੇ ਵੱਡਾ ਬੰਬ ਧਮਾਕਾ ਹੋਇਆ ਅਮਰੀਕੀ ਰੱਖਿਆ ਵਿਭਾਗ ਪੈਂਟਾਂਗਨ ਦੇ ਅਨੁਸਾਰ ਧਮਾਕੇ ਵਿੱਚ 7 ਮੌਤਾਂ ਦੀ ਗਿਣਤੀ ਸਾਫ ਨਹੀਂ ਅਮਰੀਕਾ ਦਾ ਕਹਿਣਾ ਹੈ ਕਿ ਇਹ ਇੱਕ ਆਤਮਕ੍ਰਾਂਤੀ ਬੰਬ ਧਮਾਕਾ ਲੱਗ ਰਿਹਾ ਹੈ। ਬੇਰੋਜ਼ਗਾਰ ਨੌਜਵਾਨਾਂ ਲਈ ਪੰਜਾਬ ਸਰਕਾਰ ਦਾ ਅਹਿਮ ਫੈਸਲਾ ਸ਼ੁਰੂ ਹੋਵੇਗੀ ਨਵੀਂ ਸਕੀਮ। ਬੇਰੋਜ਼ਗਾਰ ਨੌਜਵਾਨਾਂ ਲਈ ਪੰਜਾਬ ਸਰਕਾਰ ਵੱਲੋਂ ਅਹਿਮ ਫੈਸਲਾ ਲਿਆ ਗਿਆ ਹੈ ਸੂਬੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਥੋੜੇ ਸਮੇਂ ਦੀ ਮੁਫਤ ਹੁਨਰ ਸਿਖਲਾਈ ਰਾਹੀਂ ਉਹਨਾਂ ਦੇ ਚੁਣੇ ਹੋਏ ਖੇਤਰਾਂ ਦੇ ਵਿੱਚ ਰੁਜ਼ਗਾਰ ਯੋਗ ਬਣਾਉਣਾ ਤੇ ਹੁਨਰ ਚੁ ਬਾਧ ਦੇ ਮਕਸਦ ਅੰਦ ਕਰਨ ਲਈ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਨੇ ਵੀਰਵਾਰ ਨੂੰ ਨਵੇਕਲੀ ਨਵੀਂ ਸਕੀਮ ਮੇਰਾ ਕੰਮ ਮੇਰਾ ਮਾਣ ਸ਼ੁਰੂ ਕਰਨ ਨੂੰ ਹਰੀ ਚੰਡੀ ਦੇਤੀ ਆ। ਇਸ ਪਾਇਲਟ ਪ੍ਰੋਜੈਕਟ ਦੇ ਤਹਿਤ 30 ਹਜ਼ਾਰ ਲਾਭਪਾਤਰੀਆਂ ਨੂੰ ਮਦਦ ਦੇਣ ਦਾ ਟੀਚਾ ਮਿਥਿਆ ਗਿਆ ਤੇ 90 ਕਰੋੜ ਰੁਪਏ ਦੀ ਲਾਗਤ ਵੀ ਆਵੇਗੀ। ਲਾਦੇਨ ਨੇ 9/11 ਦੇ ਹਮਲਾ ਨਹੀਂ ਕੀਤਾ ਹੈ ਅਮਰੀਕਾ ਵੱਲੋਂ ਜੰਗ ਛੇੜਨ ਦਾ ਬਹਾਨਾ ਸੀ ਤਾਲਿਬਾਨ। ਅਫਗਾਨਿਸਤਾਨ ਤੇ ਕਬਜ਼ਾ ਕਰਨ ਤੋਂ ਬਾਅਦ ਤਾਲਿਬਾਨ ਹੁਣ ਖੁੱਲ੍ਹੇ ਆਮ ਅਤਵਾਦੀ ਸੰਗਠਨ ਅਲ ਕਾਇਦਾ ਦੇ ਪੱਖ ਵਿੱਚ ਬਿਆਨਬਾਜ਼ੀ ਕਰਨ ਲੱਗਾ ਤਾਲਿਬਾਨ ਦੇ ਬੁਲਾਰੇ। ਜਾਬੀ ਬੁੱਲਾ ਮੁਜਾਹਿਦ ਨੇ ਦਾਵਾ ਕੀਤਾ ਕਿ ਉਸਾਮਾ ਬਿੰਨ ਲਾਦੇਨ ਨੇ 11 ਸਤੰਬਰ ਨੂੰ ਅਮਰੀਕਾ ਤੇ ਹਮਲਾ ਨਹੀਂ ਕੀਤਾ ਸੀ ਇੱਕ ਇੰਟਰਵਿਊ ਦੇ ਵਿੱਚ ਤਾਲਿਬਾਨ ਦੇ ਬੁਲਾਰੇ ਜਾਬੀ ਬੁੱਲਾ ਮੁਜਾਹਿਦ ਨੇ ਕਿਹਾ ਕਿ ਯੁੱਧ ਦੇ 20 ਸਾਲ ਬਾਅਦ ਵੀ 11 ਸਤੰਬਰ ਦੇ ਹਮਲੇ ਨੂੰ ਉਸਾਮਾ ਬਿੰਨ ਲਾਦੇਨ ਦੇ ਸ਼ਾਮਲ ਹੋਣ ਦਾ ਕੋਈ ਸਬੂਤ ਨਹੀਂ ਮਿਲੇ ਮੁਜਾਹਿਦ ਨੇ ਇਸ ਯੁੱਧ ਲਈ ਕੋਈ ਉਚਿਤ ਕਾਰਨ ਨਹੀਂ ਸੀ ਇਸ ਨੂੰ ਅਮਰੀਕਾ ਨੇ ਯੁੱਧ ਬਹਾਨੇ ਵਜੋਂ ਵਰਤਿਆ ਤੇ ਤਾਲਿਬਾਨ ਇਸ ਗੱਲ ਦੀ ਗਾਰੰਟੀ ਦੇ ਸਕਦਾ ਹੈ ਕਿ ਅਫਗਾਨਿਸਤਾਨ ਨੇ ਕਦੇ ਵੀ ਅਲ ਕਾਇਦਾ ਵਰਗੇ ਅੱਤਵਾਦੀ ਸੰਗਠਨਾਂ ਦੀ ਮੇਜਬਾਨੀ ਨਹੀਂ ਕਰੇਗਾ ਜਿਸ ਨੇ 1911 ਦਾ ਹਮਲਾ ਕੀਤਾ ਸੀ ਤਾਲਿਬਾਨ ਦੇ ਬੁਲਾਰਿਆਂ ਕਹਿ ਕੇ ਵਾਰ-ਵਾਰ ਵਾਅਦੇ ਕੀਤੇ ਹਨ ਕਿ ਅੱਤਵਾਦ ਨੂੰ ਤਾਲਿਬਾਨ ਵਿੱਚ ਸੁਰੱਖਿਤ ਪਨਾਹ ਨਹੀਂ ਦਿੱਤੀ ਜਾਵੇਗੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਕੋਲ ਅਸਤੀਫਾ ਮੰਗਣ ਵਾਲਿਆਂ ਦੀ ਮੈਂ ਕਿਹੜਾ ਵਕੀਲਾਂ ਬੀਬੀ ਪੱਠੜ ਸੂਬੇ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਦੇ ਪਲਾਨਿੰਗ ਬੋਰਡ ਦੀ ਵਾਜ ਚੇਅਰਮੈਨ ਬੀਬੀ ਰਜਿੰਦਰ ਕੌਰ ਪੱਠੜ ਨੇ ਸਿੱਧੂ ਧੜੇ ਦੇ ਕੁਝ ਮੰਤਰੀਆਂ ਤੇ ਵਿਧਾਇਕਾਂ ਵੱਲੋਂ ਕੈਪਟਨ ਦਾ ਅਸਤੀਫਾ ਮੰਗੇ ਜਾਣ ਦੇ ਸਵਾਲ ਤੇ ਤੰਝ ਕੱਸਦਿਆ ਕਿ ਉਹ ਉਹਨਾਂ ਕੋਲ ਬਾਰੇ ਗੱਲ ਕਰਨ ਉਹ ਕਿਹੜਾ ਉਹਨਾਂ ਦੇ ਵਕੀਲ ਨੇ ਕਾਬਲ ਤੋਂ ਉਡਾਣ ਭਰਨ ਮਗਰੋਂ ਇਟਲੀ ਦੇ ਫੌਜੀ ਜਹਾਜ਼ ਤੇ ਫਾਇਰਿੰਗ ਇਟਲੀ ਦੇ ਰੱਖਿਆ ਮੰਤਰਾਲੇ ਦੇ ਕਸੂਤਰ ਨੇ ਦੱਸਿਆ ਕਿ ਵੀਰਵਾਰ ਨੂੰ ਇਟਲੀ ਦੇ ਇੱਕ ਫੌਜੀ ਟਰਾਂਸਪੋਰਟ ਜਹਾਜ਼ ਤੇ ਉਦੋਂ ਫਾਇਰਿੰਗ ਕੀਤੀ ਗਈ ਜਦੋਂ ਉਹ ਕਾਬਲ 에ਰਪੋਰਟ ਤੋਂ ਉਡਾਣ ਭਰ ਰਿਹਾ ਸੀ ਮਿਲੀ ਜਾਣਕਾਰੀ ਮੁਤਾਬਕ ਇਟਲੀ ਦੇ ਜਹਾਜ਼ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਕੈਪਟਨ ਅਮਰਿੰਦਰ ਸਿੰਘ ਦਾ ਡਿਨਰ ਡਿਪਲੋਮੇਸੀ ਵਿੱਚ ਸ਼ਕਤੀ ਪ੍ਰਦਰਸ਼ਨ ਪੰਜਾਬ ਦੇ ਖੇਡ ਮੰਤਰੀ ਰਾਣਾ ਗਰਮੀਤ ਸੋਢੀ ਦੀ ਰਹਿਸ਼ਤਾ ਅੱਜ ਸ਼ਾਮ ਨੂੰ ਡਿਨਰ ਮੀਟਿੰਗ ਸ਼ੁਰੂ ਹੋਈ ਹੈ ਜਿਸ ਦੇ ਵਿੱਚ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਦੇ ਹਮਾਇਤੀ ਧੜੇ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸ਼ਕਤੀ ਪ੍ਰਦਰਸ਼ਨ ਜਿਹੜਾ ਕਹਿੰਦੇ ਕੀਤਾ ਜਾ ਰਿਹਾ ਤੇ ਜਿਸ ਅਨੁਸੂਤਰਾਂ ਦਾ ਦਾਵਾ ਹੈ ਕਿ ਮੀਟਿੰਗ 'ਚ 55 ਵਿਧਾਇਕ ਅਤੇ 80000 ਮੈਂਬਰ ਮੌਜੂਦ ਹੋਣਗੇ ਬਾਗੀ ਕਾਂਗਰਸੀ ਕਿਵੇਂ ਬਚਾ ਸਕਦੇ ਆ ਪੰਜਾਬ ਆ ਆਪਣੇ ਦੱਸਿਆ ਸੌਕਾ ਤਰੀਕਾ ਆਪਣੇ ਕੈਪਟਨ ਮਰਿੰਦਰ ਸਿੰਘ ਦੀ ਅਗਵਾਈ ਕੰਬੂਲਨ ਤੋਂ ਇਨਕਾਰੀ ਬਾਗੀ ਕਾਂਗਰਸੀ ਵਜ਼ੀਰਾ ਤੇ ਵਿਧਾਇਕਾਂ ਕੋਲ ਅਸਤੀਫੇ ਮੰਗੇ ਨੇ ਕਾ ਆਮ ਆਦਮੀ ਪਾਰਟੀ ਦੇ ਪੰਜਾਬ ਨੇ ਕਿਹਾ ਕਿ ਪ੍ਰਦੇਸ਼ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਵੱਲੋਂ ਸੁਨਾਏ ਕਾਂਗਰਸੀ ਫਰਮਾਨ ਉਪਰੰਤ ਪਤਾ ਲੱਗਾ ਹੈ ਕਿ ਬਾਗੀ ਕਾਂਗਰਸੀ ਕੈਪਟਨ ਦੀ ਅਗਵਾਈ ਕਬੂਲ ਕਰ ਲੈਂਦੇ ਹਨ ਜਾਂ ਫਿਰ ਅਸਤੀਫੇ ਦੇ ਕੇ ਪੰਜਾਬ ਦੀ ਲੜਾਈ ਜਾਰੀ ਰੱਖਦੇ ਨੇ ਵਿਧਾਇਕ ਅਤੇ ਯੂਥ ਵਿੰਗ ਦੇ ਪ੍ਰਧਾਨ ਗੁਰਮੀਤ ਸਿੰਘ ਮੀਤ ਹੇਰ ਨੇ ਸਾਰੇ ਕਾਂਗਰਸੀ ਵਿਧਾਇਕਾਂ ਤੇ ਮੰਤਰੀਆਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਬਾਗੀ ਕਾਂਗਰਸੀਆਂ ਨੂੰ ਜੇ ਪੰਜਾਬ ਬਚਾਉਣਾ ਤਾਂ ਦੇਹਰਾਦੂਨ ਜਾ ਕੇ ਜਾਂ ਦਿੱਲੀ ਕਿੜੇ ਮਾਰਨ ਦੀ ਜ਼ਰੂਰਤ ਨਹੀਂ ਹੈ ਉਹ ਸੌਖੇ ਤਰੀਕੇ ਦੇ ਨਾਲ ਪੰਜਾਬ ਭਵਨ ਜਾ ਕੇ ਪੰਜਾਬ ਬਚਾ ਸਕਦੇ ਹਨ ਬਸ਼ਰਤੇ ਰਾਜਪਾਲ ਪੰਜਾਬ ਨੂੰ ਅਸਤੀਫੇ ਸੌਂਕੇ ਪੰਜਾਬ ਦੇ ਕੈਪਟਨ ਮੁੱਖ ਮੰਤਰੀ ਦੀ ਜਿਹੜੀ ਬੇਪਰੋਸਗੀ ਦਰਜ ਕਰਵਾਉਣਾ ਚੰਡੀਗੜ੍ਹ ਤੋਂ ਕਾਂਗਰਸ ਦੇ ਜ਼ਿਲ੍ਹਾ ਮਣੀ ਮਾਜਰਾ ਦੇ ਅਹੁਦਾਧਾਰੀਆਂ ਦੀ ਸੂਚੀ ਜਾਰੀ ਸੋ ਇਹ ਵੀ ਵੱਡੀ ਖਬਰ ਜਿਹੜੀ ਚੰਡੀਗੜ੍ਹ ਤੋਂ ਦੋਸਤੋਂ ਨਿਕਲ ਕੇ ਆ ਰਹੀ ਹੈ ਸੋ ਬਿਗ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਚੰਡੀਗੜ੍ਹ ਦੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਭਾਸ਼ ਚਾਵਲਾ ਵੱਲੋਂ ਕਾਂਗਰਸ ਕਮੇਟੀ ਮਾਨੀ ਮਾਜਰਾ ਦੇ ਅਹੁਦਾ ਅਧਿਕਾਰੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਕੋਵ ਸ਼ੀਲਡ ਦੀਆਂ ਦੋਵੇਂ ਖਰਾਕਾਂ 84 ਦਿਨਾਂ ਦੇ ਅੰਤਰਾਲ ਤੇ ਕੀਤਾ ਜਾ ਰਿਹਾ ਦੁਬਾਰਾ ਵਿਚਾਰ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਕੈਪਟਨ ਸਰਕਾਰ ਹੁਣ ਨਵੀਂ ਸਕੀਮ ਦੇ ਤਹਿਤ ਹਰ ਮਹੀਨੇ ਨੌਜਵਾਨਾਂ ਨੂੰ ਦੇਵੇਗੀ 25-2500 ਰੁਪਏ ਸੂਬੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਥੋੜੇ ਸਮੇਂ ਦੀ ਮੁਫਤ ਹੁਨਰ ਸਿਖਲਾਈ ਤੇ ਉਹਨਾਂ ਦੇ ਚੁਣੇ ਹੋਏ ਖੇਤਰ ਵਿੱਚ ਰੁਜ਼ਗਾਰ ਦੇ ਜੋਗ ਬਣਾਉਣ ਲਈ ਹੁਨਰ ਵਿੱਚ ਵਾਧੇ ਕਰਨ ਦੀ ਮਦਦ ਲਈ ਪੰਜਾਬ ਕੈਬਨਿਟ ਨੇ ਨਵੈਕਲੀ ਸਕੀਮ ਮੇਰਾ ਕੰਮ ਮੇਰਾ ਮਾਣ ਸ਼ੁਰੂ ਕੀਤਾ ਜਿਸ ਦੇ ਵਿੱਚ ਬੱਚਿਆਂ ਨੂੰ 25-2500 ਰੁਪਏ ਵਜੀਫਾ ਦਿੱਤਾ ਜਾਵੇਗਾ ਅੱਜ ਦੀ ਕੈਬਨਟ ਮੀਟਿੰਗ 'ਚੋਂ ਨਹੀਂ ਸ਼ਾਮਲ ਹੋਏ ਤਿੰਨ ਬਾਗੀ ਮੰਤਰੀ ਕੱਲ ਹਰੀਸ਼ ਰਾਵਤ ਨਾਲ ਕੀਤੀ ਸੀ ਮੁਲਾਕਾਤ ਕੈਪਟਨ ਦੇ ਵਿਰੁੱਧ ਬਗਾਵਤ ਕਰਨ ਵਾਲੇ ਚਾਰ ਦੇ ਵਿੱਚੋਂ ਤਿੰਨ ਮੰਤਰੀ ਅੱਜ ਕੈਪਟਨ ਦੀ ਕੈਬਨਟ ਵਿੱਚ ਸ਼ਾਮਲ ਨਹੀਂ ਹੋਏ ਸੁਖਜਿੰਦਰ ਰੰਦਾਵਾ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਸੁਖ ਸਰਕਾਰੀਆ ਕੈਬਨਟ ਵਿੱਚ ਸ਼ਾਮਲ ਨਹੀਂ ਹੋਏ ਤੇ ਚਾਰ ਮੰਤਰੀਆਂ ਦੇ ਵਿੱਚੋਂ ਕੱਲ ਦੇਹਰਾਦੂਨ ਦੇ ਵਿੱਚ ਜਾ ਕੇ ਰਿਰਾਬਤ ਦੇ ਨਾਲ ਵੀ ਗੱਲਬਾਤ ਕੀਤੀ ਸੀ ਦਿੱਲੀ ਕਟੜਾ ਜੰਮੂ ਅੰਮ੍ਰਿਤਸਰ ਐਕਸਪ੍ਰੈਸ ਵੇਲ ਹੀ ਸਰਵੇ ਕਰ ਰਹੀ ਟੀਮ ਦਾ ਕਿਸਾਨਾਂ ਨੇ ਕੀਤਾ ਵਿਰੋਧ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਬਣ ਰਹੇ ਦਿੱਲੀ ਕਟੜਾ ਅਮਰਤਸਰ ਐਕਸਪ੍ਰੈਸ ਵੇਲੇ ਬਲਾਕ ਸੁਲਤਾਨਪੁਰ ਲੋਧੀ ਦੇ ਪਿੰਡ ਕਲੂਰੂ ਰੰਗੀਲਪੁਰ ਅਤੇ ਮਸੀਤਾਂ ਨੇੜੇ ਸਰਵੇ ਕਰਨ ਵਾਲੀ ਟੀਮ ਦਾ ਕਿਸਾਨਾਂ ਨੇ ਜ਼ੋਰਦਾਰ ਵਿਰੋਧ ਕੀਤਾ ਤੇ ਇਸ ਨੂੰ ਵਾਪਸ ਮੋੜ ਦਿੱਤਾ ਆਪ ਆਗੂ ਦੇ ਟਵੀਟ ਮਗਰੋਂ ਮੋਗਾ ਦੀ ਪੱਖੀ ਸਿਆਸਤ ਕਿਹਾ ਸੋਨੂੰ ਸੂਤ ਦੀ ਪੈਣ ਹੋ ਸਕਦੀ ਹੈ ਉਮੀਦਵਾਰ ਫਿਲਮੀ ਅਦਾਕਾਰ ਸੋਸ਼ਲ ਕੰਮ ਕਰਨ ਵਾਲੇ ਵਿਸ਼ਵ ਪੱਧਰ ਤੇ ਵਿਲੱਖਣ ਪਛਾਣ ਰੱਖਦੇ ਸੋਨੂੰ ਸੂਤ ਦੀ ਪੈਣ ਮਾਲਵਿਕਾ ਸੂਦਗਾਮੀ 2022 ਦੀਆਂ ਵਿਧਾਨ ਸਭਾ ਚੋਣਾਂ ਚ ਕਾਂਗਰਸ ਪਾਰਟੀ ਤੇ ਚੋਣ ਤੇ ਟਿਕਟ ਲੜਨ ਦੀਆਂ ਅਟਕਲਾਂ ਦਰਮਿਆਨ ਅੱਜ ਆਮ ਆਦਮੀ ਪਾਰਟੀ ਦਿੱਲੀ ਸਟੇਟ ਦੇ ਸੋਸ਼ਲ ਮੀਡੀਆ ਸੈੱਲ ਦੇ ਆਗੂ ਯੁਗੇਸ਼ ਸ਼ਰਮਾ ਨੇ ਟਵੀਟ ਕੀਤਾ ਕਿ ਮੋਗਾ ਦੀ ਸਿਆਸਤ ਚ ਹੜਕੰਪ ਮਚਾ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਮਾਲਵਿਕਾ ਮਾਲਵਿਕਾ ਸੂਦ ਆਮ ਆਦਮੀ ਪਾਰਟੀ ਦੀ ਟਿਕਟ ਤੇ ਮੋਗਾ ਤੋਂ ਵਿਧਾਨ ਸਭਾ ਦੀ ਚੋਣ ਲੜ ਸਕਦੀ ਆ। ਪੰਜਾਬ ਮੰਤਰੀ ਮੰਡਲ ਵੱਲੋਂ ਪੰਜਾਬ ਵੱਲੋਂ ਸੂਚਿਤ ਜਾਤੀਆਂ ਤੇ ਪੰਜਾਬ ਪਛੜੀਆਂ ਛਰੇਣੀਆਂ ਨੂੰ ਲੋਨ ਦੇ ਵਿੱਚ ਛੋਟ ਦੇਣ ਦਾ ਫੈਸਲਾ ਪੰਜਾਬ ਦੇ ਮੰਤਰੀ ਮੰਡਲ ਨੇ ਇਸ ਦੌਰਾਨ ਫੈਸਲਾ ਲਿਆ ਕਿ ਪੰਜਾਬ ਵੱਲੋਂ ਸੂਚਿਤ ਜਾਤੀਆਂ ਭੂਮੀ ਵਿਕਾਸ ਅਤੇ ਵਿੱਤ ਕਾਰਪੋਰੇਸ਼ਨਾਂ ਤੇ ਪੰਜਾਬ ਪਛੜੀਆਂ ਛਰੇਣੀਆਂ ਭੂਮੀ ਵਿਕਾਸ ਵੱਲੋਂ ਘੱਟੋ-ਘੱਟ 50000 ਤੱਕ ਦੇ ਲੋਨ ਦੀ ਛੁੱਟ ਦੇਣ ਦੀ ਪ੍ਰਵਾਨਗੀ ਦਿੱਤੀ ਜਾਵੇ ਸਾਡਾ ਦੂਸਰਾ ਘਰ ਹੈ ਪਾਕਿਸਤਾਨ ਤਾਲਿਬਾਨ ਤਾਲਿਬਾਨ ਤੇ ਬੁਲਾਰੇ ਜੂਬਾ ਹਬੁੱਲਾ ਜੱਬੀ ਬੁੱਲਾ ਮੁਜਾਹਿਦ ਨੇ ਕਿਹਾ ਕਿ ਪਾਕਿਸਤਾਨ ਤਾਲਿਬਾਨ ਦਾ ਦੂਸਰਾ ਘਰ ਤੇ ਆਪਣੇ ਘਰ ਨੂੰ ਕੁਝ ਨਹੀਂ ਹੋਣ ਦੇਵਾਂਗਾ ਮੁਜਾਹਿਦ ਨੇ ਅਫਗਾਨਿਸਤਾਨ ਵਿੱਚ ਇਸਲਾਮਿਕ ਸਟੇਟ ਦੇ ਤਹਿਰੀਕ ਤੇ ਤਾਲਿਬਾਨ ਦੇ ਮੁੱਦੇ ਤੇ ਕਿਹਾ ਕਿ ਉਹ ਆਪਣੀ ਜ਼ਮੀਨ ਦੇ ਕਿਸੇ ਦੇ ਖਿਲਾਫ ਇਸਤੇਮਾਲ ਨਹੀਂ ਹੋਣ ਦੇਣਗੇ ਪਸ਼ੂ ਹਸਪਤਾਲ ਦੇ ਸੇਵਾ ਪ੍ਰਦਾਤਾਵਾਂ ਦੀ ਸਰਵਿਸ ਵਿੱਚ 2 ਸਾਲਾਂ ਦੇ ਵਾਅਦੇ ਨੂੰ ਕੈਬਨਿਟ ਵੱਲੋਂ ਮਨਜ਼ੂਰੀ ਰਾਜਪੁਰ ਦੇ 582 ਬੈਟਨ ਦੇ ਹਸਪਤਾਲਾਂ ਵਿੱਚ ਕੁਸ਼ਲ ਅਸ਼ੂ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੀ ਕੋਸ਼ਿਸ਼ ਵਿੱਚ ਮੰਤਰੀ ਮੰਡਲ ਨੇ ਪਹਿਲਾ ਠੇਕੇ ਦੇ ਆਧਾਰ ਤੇ ਕੰਮ ਕਰ ਰਹੇ ਸੇਵਾ ਪ੍ਰਦਾਤਾਵਾਂ 497ਵੇਂ ਵੈਟਰਨਰੀ ਫਾਰਮ ਸਿਸਟਾ ਤੇ 498 ਕਲਾਸ 4 ਸਫਾਈ ਸੇਵਕਾਂ ਦੀਆਂ ਸੇਵਾਵਾਂ ਵਿੱਚ 2 ਸਾਲ ਦੀ ਮਿਆਦ ਜਾਰੀ ਰੱਖਣ ਦੀ ਪ੍ਰਵਾਨਗੀ ਦੇ ਦਿੱਤੀ ਆ। ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਿਹਾ ਜੀ ਮਾਰੂਤੀ ਸੰਜੂਕੀ ਦੇ ਚੇਅਰਮੈਨ ਨੇ ਕੇਂਦਰ ਸਰਕਾਰ ਤੇ ਤੰਜ ਸਿਰਫ ਬਿਆਨ ਦਿੰਦੀ ਆ ਕੰਮ ਨਹੀਂ ਕਰਦੀ। Maruti Suzuki India ਦੇ ਚੇਅਰਮੈਨ RC ਭਾਰਗਵ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਨਿਸ਼ਾਨੇਤ ਲਿਆ ਉਹਨਾਂ ਨੇ ਕਿਹਾ ਕਿ ਸਰਕਾਰ ਬਿਆਨ ਤਾਂ ਬਹੁਤ ਦਿੰਦੀ ਆ ਪਰ ਕੋਈ ਸਖਤ ਕਦਮ ਨਹੀਂ ਚੱਕਦੀ ਆਟੋਮੋਬਾਈਲ ਉਦਯੋਗ ਸੰਗਠਨ ਸੁਸਾਇਟੀ ਆਫ ਇੰਡੀਆ ਆਟੋਮੋਬਾਈਲ ਮੈਨੂਫੈਕਚਰਰਸ ਦੇ 61ਵੇਂ ਸਾਲਾਨਾ ਸਮਾਗਮ ਨੂੰ ਜਿਹੜਾ ਸੰमेलन ਨੂੰ ਸੰਬੋਧਨ ਕਰਕੇ ਭਾਰਗਵ ਨੇ ਕਿਹਾ ਕਿ ਅਸੀਂ ਅਜੇਹੀ ਸਥਿਤੀ ਵਿੱਚ ਹਾਂ ਲੰਘ ਰਹੇ ਹਾਂ ਜਿੱਥੇ ਉਦਯੋਗ ਲੰਬੇ ਸਮੇਂ ਤੋਂ ਗਰਾਵਟ ਵਿੱਚ ਹੈ ਕੈਬਨਿਟ ਮੀਟਿੰਗ ਚੋਂ ਗਾਇਬ ਰਹੇ ਤਿੰਨ ਮੰਤਰੀਆਂ ਦੇ ਜਿਹੜੇ ਨਜ਼ਰ ਨਹੀਂ ਆਏ ਸੋ ਕਿਸੇ ਨੂੰ ਨਹੀਂ ਪਤਾ ਇਹ ਮੰਤਰੀ ਕਦਰ ਗਏ ਹਨ ਧੰਨਵਾਦ